वाहिगुरु जी का खालसा वाहिगुरु जी की फतेह। गुरु प्यारियो, तुसीं सब बाखूबी जानते हो कि बरसातां शुरू होने वालियां ने ते कपूरथला दा टापू नामक इलाका मंड बाउपुर जिसनू पंजाब दे श्रीलंका दे नाम नाल भी जाणिया जांदा है, जिथे दे लोग अक्सर बरसात पैण तों बाद खुश घट हुंदे ने ते परेशानियां च ज्यादा उलझदे ने, क्योंकि थोड़ी जिही बरसात ही इस टापू दे रहण वालियां दीआं मुश्किलां नूं वधा देंदी है अते बाकी इलाकियां तों इस टापू दा संपर्क टुट जांदा है। तुहानूं दस दईए कि दरिया ब्यास विच पाणी दा स्तर वधण दे नाल हर साल इत्थे हड़ जिहे हालात बण जांदे ने अते लोकां नूं कई तरहां दीआं दिक्कतां दा सामना करना पैंदा है अते सरकार दे वल्लों हड़ नूं रोकण वास्ते हर साल बहुत इंतजाम कीते जांदे ने तां जो लोकां नूं किसे वी तरहां दी परेशानी ना होवे। अते अज कपूरथला दे डीसी दिप्ती उप्पल अते सुल्तानपुर लोधी दे हलका विधायक नवतेज सिंह चीमा ने ब्यास दरिया दा दौरा कीता अते उन्होंने कहा कि अगर बन विच किसे वी तरहां दी कोई भी कमी पाई गई तां उस नूं जल्द ही दुरुस्त ਕੀਤਾ ਜਾਵੇਗਾ। ਹੜ੍ਹ ਜਦੋਂ ਆਉਂਦਾ ਅਤੇ ਬੱਚਿਆਂ ਦੀ ਪੜ੍ਹਾਈ ਇੱਧਰ ਰੁਕ ਜਾਂਦੀ ਹੈ, ਕਾਫੀ ਬੱਚੇ ਜਿਹੜੇ ਪੜ੍ਹਨ ਇੱਧਰ ਆਉਂਦੇ ਆ ਸੁਲਤਾਨਪੁਰ ਵਾਲੀ ਸਾਈਡ ਤੋਂ। ਅਤੇ ਨੰਬਰ ਦੋ 'ਤੇ ਵੀ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਵੀ ਨੁਕਸਾਨ ਵੀ ਹੁੰਦਾ, ਰੁੜ ਵੀ ਜਾਂਦੇ ਆ। ਇਨਸ਼ੋਰ ਤਾਂ ਇਹੀ ਕਰਾਂਗੇ ਕਿਉਂਕਿ ਸਾਨੂੰ ਦੋਨੋਂ ਪਾਸੇ ਹੀ ਢਾਲ ਲੱਗ ਸਕਦੀ ਹੈ, ਬਿਆਸ ਵਾਲੇ ਪਾਸੇ ਵੀ, ਸਤਲੁਜ ਵਾਲੇ ਪਾਸੇ ਵੀ, ਕਿ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਸਾਡੀ ਜਿੰਨੀ ਵੀ ਬ੍ਰੀਚਿਸ ਹੈ ਉਹਨੂੰ ਅਸੀਂ ਪ੍ਰੋਪਰ ਕਰ ਪਾਈਏ। ਸਰ ਕਿਹੜੀਆਂ ਕਿਹੜੀਆਂ ਸਮੱਸਿਆ ਇੱਥੇ ਆਉਂਦੀਆਂ ਜਦੋਂ ਹੜ੍ਹ ਆਉਂਦਾ? ਇੱਕ ਜੀ ਜਿੱਦਾਂ ਮੰਨ ਲਓ ਹੜ੍ਹ ਜਦੋਂ ਆਉਂਦਾ ਅਤੇ ਬੱਚਿਆਂ ਦੀ ਪੜ੍ਹਾਈ ਇੱਧਰ ਰੁਕ ਜਾਂਦੀ ਹੈ, ਕਾਫੀ ਬੱਚੇ ਜਿਹੜੇ ਪੜ੍ਹਨ ਇੱਧਰ ਆਉਂਦੇ ਆ ਸੁਲਤਾਨਪੁਰ ਵਾਲੀ ਸਾਈਡ 'ਤੇ। ਅਤੇ ਨੰਬਰ ਦੋ 'ਤੇ ਵੀ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਵੀ ਨੁਕਸਾਨ ਵੀ ਹੁੰਦਾ, ਰੁੜ ਵੀ ਜਾਂਦੇ ਆ। ਫਿਰ ਨੰਬਰ ਦੋ 'ਤੇ ਉਹਨੇ ਚਾਰੇ ਦੀ ਪ੍ਰੋਬਲਮ ਆਉਂਦੀ ਹੈ। ਹਾਂਜੀ, ਇੱਕ ਹੁਣ ਜਿੱਦਾਂ ਮੰਨ ਲਓ ਆਪਣੇ ਬਣਿਆ ਪੁਲ ਬਣਿਆ ਆ, ਪੁਲ ਅਗਲੇ ਬੰਨਿਓ ਸਾਰੇ ਬੰਨ ਲੱਗ ਗਿਆ ਜੀ। ਠੀਕ ਹੈ ਜੀ। ਅਤੇ ਪਾਣੀ ਦੀ ਨਿਕਾਸੀ ਦੀ ਪੁਲ ਦੇ ਥੱਲਿਓਂ ਦੀ ਹੋਊਗੀ, ਜੋ ਬੰਨ ਲੱਗ ਗਿਆ ਅਤੇ ਆਹ ਜਿਹੜਾ ਉਰਲੀ ਸਾਈਡ ਤੋਂ ਉੱਚਾ ਇਹ ਰਹਿ ਗਿਆ ਨੀਵਾਂ। ਹਾਂਜੀ, ਪਿੱਛੋਂ ਜੋ ਡਾਫ ਲੱਗੂਗੀ ਇੱਥੋਂ ਰੋਡ ਪਿਆ ਅਤੇ ਐਟੋਮੈਟਿਕਲੀ ਜਿਹੜੀ ਦਰਿਆ ਦਾ ਵਹਾਅ ਇੱਧਰ ਨੂੰ ਹੋਊ ਬੰਨ ਵੱਲ ਨੂੰ। ਬਿਲਕੁਲ। ਹਾਂਜੀ, ਇਸ ਕਰਕੇ ਇਹ ਪ੍ਰੋਬਲਮ ਵੀ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਕ੍ਰੀਏਟ ਹੋਊਗੀ। ਤੁਸੀਂ ਇਹ ਸਰਕਾਰ ਦੇ ਧਿਆਨ 'ਚ ਲਿਆਂਦੀ ਪ੍ਰੋਬਲਮ ਜਾਂ ਨਹੀਂ? ਨਹੀਂ, ਅੱਗੇ ਕਿਸੇ ਨੇ ਨਹੀਂ ਲਿਆਂਦੀ। ਤੁਸੀਂ ਅੱਜ ਸਾਨੂੰ ਅੱਜ ਆ ਰਹੇ ਆ ਉਹਨਾਂ ਨੂੰ ਇੱਥੇ ਜਿੱਦਾਂ ਨਾ ਮੰਨ ਲਓ ਸੰਗਤ ਜੁੜੀ ਹੈ ਅਤੇ ਜਿੱਦਾਂ ਵੇਖ ਕੇ ਲੱਗਦਾ ਸਾਨੂੰ ਵੀ ਇੱਦਾਂ ਪ੍ਰੋਬਲਮ ਆ ਸਕਦੀ ਆ ਆਉਣ ਵਾਲੇ ਸਮੇਂ 'ਚ। ਬੰਨ ਦਾ ਲੇਵਲ ਕੀਤਾ ਜਾਵੇ ਵੀ ਇਹ ਬੰਨ ਦੇ ਲੈਵਲ 'ਚ ਮੰਨ ਲਓ ਇਹ ਬੰਨ ਲੱਗ ਜਾਂਦਾ ਅਗਲੇ ਬੰਨੇ ਅਤੇ ਕਾਫੀ ਜਿਹੜਾ ਇਹਦਾ ਵੀ ਦਰਿਆ ਦੀ ਕਦੀ ਸਫਾਈ ਵਗੈਰਾ ਵੀ ਹੋਈ ਹੈ ਕਿ ਨਹੀਂ? ਸਫਾਈ ਕਦੀ ਨਹੀਂ ਹੋਈ ਜੀ, ਕਦੀ ਨਹੀਂ। ਅਤੇ ਜਿਸ ਟਾਈਮ ਪਿਛਲੇ ਸਾਲ ਤਕਰੀਬਨ 20 ਅਗਸਤ ਨੂੰ ਹੜ੍ਹ ਆਇਆ ਸੀਗਾ, ਹਾਂਜੀ, ਉਹਨਾਂ ਦੇ ਪ੍ਰੋਪਰਲੀ ਮੁਆਵਜ਼ੇ ਮਿਲ ਚੁੱਕੇ ਆ ਜਾਂ ਨਹੀਂ? ਇਹ ਤਾਂ ਕਾਫੀ ਲੋਕਾਂ ਨੂੰ ਮਿਲ ਵੀ ਚੁੱਕੇ ਆ, ਕੁਛ ਰਹਿੰਦੇ ਵੀ ਆ ਜੀ। ਕਿੰਨੇ ਪਰਸੈਂਟ ਇਹ ਕਿੰਨਾ ਪਰਸੈਂਟ ਸਰਪੰਚ ਸਾਹਿਬ ਤੁਹਾਨੂੰ ਪਤਾ ਹੋਣਾ ਹੀ ਜ਼ਿਆਦਾ। ਕੁਝ ਕਹਿੰਦੇ ਕਿ ਖਰਾਬਾ ਜਿਹੜਾ 10-20% ਜਿਹੜਾ ਕੁਛ ਜਿਹੜਾ ਲੋਕਾਂ ਕਿਸਾਨਾਂ ਦਾ ਜਿਹੜਾ ਖਰਾਬਾ ਵਾ ਉਹ ਰਹਿ ਗਿਆ ਵਾ, ਤਕਰੀਬਨ ਹੀ ਜਿਹੜਾ ਦੂਜਿਆਂ ਦਾ ਮਿਲ ਗਿਆ ਤੇ ਕਿੰਨਾ? ਜਿਹੜਾ ਪਿਛਲੇ ਸਾਲ ਹੜ੍ਹ ਆਇਆ ਸੀਗਾ 2019 ਦੇ ਵਿੱਚ ਅਗਸਤ ਦੇ ਵਿੱਚ, 19 ਅਗਸਤ ਨੂੰ ਹੜ੍ਹ ਆਇਆ ਸੀ, ਬੰਨ ਟੁੱਟਾ ਸੀਗਾ, ਹਾਂਜੀ, ਕਿ ਜ਼ਿਮੀਂਦਾਰਾਂ ਨੂੰ ਸਾਰਾ ਖਰਾਬਾ ਮਿਲ ਗਿਆ ਜਾਂ ਕਿੰਨਾ ਮਿਲ ਰਿਹਾ ਵਾ? ਕਿਉਂਕਿ ਜਲੰਧਰ ਹਲਕੇ ਦੇ ਵਿੱਚ ਤਾਂ ਸਾਰਿਆਂ ਨੂੰ ਤਕਰੀਬਨ ਹਲਕਾ ਮਿਲ ਗਿਆ। ਇੱਥੇ ਵੀ ਤਕਰੀਬਨ ਕਿਸਾਨਾਂ ਨੂੰ ਜਿਹੜਾ ਖਰਾਬਾ ਵਾ ਮਿਲ ਚੁੱਕਾ ਵਾ, ਕੁਝ ਕਿਸ਼ਤਾਂ ਰਾਹੀਂ ਆ ਰਹੀ ਥੋੜ੍ਹੇ ਥੋੜ੍ਹੇ, ਕਿ ਮੁੜ ਕੇ ਲੋਕਡਾਊਨ ਹੋ ਗਿਆ ਉਹਦੇ ਕਰਕੇ ਵੀ ਥੋੜ੍ਹੀ ਜਿਹੀ ਪ੍ਰੋਬਲਮ ਆਈ ਆ, ਅਤੇ ਕਹਿ ਰਹੇ ਆ ਕਿ ਜਿਹੜਾ ਰਹਿੰਦਾ ਵਾ ਉਹ ਵੀ ਜਲਦੀ ਤੋਂ ਜਲਦੀ ਜਿਹੜਾ ਵਾ ਮਿਲ ਜੂਗਾ। ਕਿੰਨਾ ਕਿੰਨਾ ਮਿਲਿਆ ਇੱਥੇ? ਇੱਥੇ 12,000 ਦੇ ਹਿਸਾਬ ਨਾਲ, ਮੇਰੇ ਹਿਸਾਬ ਨਾਲ ਮਿਲਿਆ ਏਕੜ ਦੇ ਜਿਹੜਾ ਖਰਾਬਾ 12-14 ਦੇ। ਕਿੰਨੇ ਪਰਸੈਂਟ ਲੋਕਾਂ ਨੂੰ ਮਿਲਿਆ? ਪਰਸੈਂਟ ਕੋਈ 80-85% ਜਿਹੜਾ ਲੋਕਾਂ ਨੂੰ ਮਿਲ ਚੁੱਕਾ ਵਾ, ਯਾਨੀ ਕਿ ਜਿਹੜੇ ਕਿਸਾਨ ਜਿਹੜੇ ਰਹਿੰਦੇ ਵੀ ਆ ਉਹਨਾਂ ਨੂੰ ਸਾਰਾ ਨਹੀਂ ਮਿਲਿਆ, ਕੁਝ ਉਹਨਾਂ ਦੀਆਂ ਕਿਸ਼ਤਾਂ ਜਿੱਦਾਂ ਕਿਸ਼ਤਾਂ ਆ ਰਹੀਆਂ ਸੀਗੀਆਂ ਥੋੜ੍ਹੇ ਥੋੜ੍ਹੇ ਕਰਕੇ ਉਹਨਾਂ 'ਚ ਰਹਿ, ਬਾਕੀ ਤਕਰੀਬਨ ਸਾਰਿਆਂ ਨੂੰ ਮਿਲ ਹੀ ਚੁੱਕਾ ਵਾ। ਤੁਹਾਡਾ ਕਿਹੜਾ ਪਿੰਡ? ਮੇਰਾ ਪਿੰਡ ਬਾਊਪੁਰ ਆ ਜੀ। ਕੀ ਹੈ ਤੁਹਾਡੇ ਡੈਜੀਗੇਸ਼ਨ? ਕੀ ਹੈ ਤੁਸੀਂ ਬਾਊਪੁਰ ਦੇ? ਬਾਊਪੁਰ ਤੋਂ ਮੈਂ ਵਸਨੀਕ ਹਾਂ ਜੀ ਇੱਥੋਂ ਦਾ। ਹਾਂਜੀ, ਹੋਰ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਜਿਹੜੀਆਂ ਆਉਂਦੀਆਂ ਵਾ ਕਿਸਾਨਾਂ ਨੂੰ ਜਾਂ ਇਸ ਏਰੀਏ ਨੂੰ, ਕਿਉਂਕਿ ਇਹਨੂੰ ਮਿੰਨੀ ਸ਼੍ਰੀਲੰਕਾ ਵੀ ਕਿਹਾ ਜਾਂਦਾ? ਹੜ੍ਹ ਦੇ ਨਾਲ ਜੀ ਸਭ ਤੋਂ ਪਹਿਲਾਂ ਦੱਸਿਆ ਵੀ ਆ ਕਿ ਬੱਚਿਆਂ ਦੀ ਪੜ੍ਹਾਈ ਤੋਂ ਸਭ ਤੋਂ ਪਹਿਲਾਂ ਜਿਹੜੀ ਪ੍ਰਭਾਵਿਤ ਹੁੰਦੀ ਆ, ਫਿਰ ਜਿਹੜੇ ਪਿੰਡ ਚਿੱਟਾਂ ਲੱਗੀਆਂ ਵਾ ਫਿਰਨੀ ਬਣੀ ਆ ਉਹ ਹੜ੍ਹ ਆਉਂਦਾ ਉਹ ਰੁੜ ਜਾਂਦੀ, ਉਹ ਵੀ ਰਸਤੇ ਨਾਲ ਹੀ ਖਰਾਬ ਹੋ ਜਾਂਦੇ ਆ, ਕੁਝ ਕੱਚੇ ਰਸਤੇ ਆ ਉਹ ਤਾਂ ਬਹੁਤ ਟੋਏ ਪੈ ਜਾਂਦੇ ਆ, ਫਸਲ ਤਾਂ ਬਰਬਾਦ ਹੁੰਦੀ ਹੁੰਦੀ ਆ, ਨਾਲ ਦੀ ਨਾਲ ਜਿਹੜੀਆਂ ਚਾਰੇ ਵਾਲੀਆਂ ਫਸਲਾਂ ਜਿਹੜੀਆਂ ਪਸ਼ੂਆਂ ਦੇ ਉਹ ਵੀ ਸਾਰੀਆਂ ਬਰਬਾਦ ਹੋ ਜਾਂਦੀਆਂ। ਹੜ੍ਹ ਤੋਂ ਪਹਿਲਾਂ ਜਿਹੜੀ ਸਰਕਾਰ ਨੇ ਕੰਮ ਕਰਨੇ ਸੀ ਉਹ ਕੰਪਲੀਟ ਕਰ ਦਿੱਤੇ, ਦਰਿਆ ਸਾਫ ਹੋ ਗਏ, ਬੰਨਾਂ 'ਤੇ ਮਿੱਟੀ ਪੈ ਗਈ ਕੰਪਲੀਟ ਰਿਪੇਅਰ ਹੋ ਚੁੱਕੀ? ਬੰਨਾਂ ਦੇ ਦੇਖੋ ਜੀ, ਡੀਸੀ ਸਾਹਿਬ ਵੀ ਕਹਿੰਦੇ ਆ ਜਾ ਰਹੇ ਸੀ, ਨਿਰੀਖਣ ਕਰ ਰਹੇ ਆ ਕਿ ਜਿੱਥੇ ਕੋਈ ਲੱਗਦਾ ਵਾ ਉਹ ਰਿਪੇਅਰ ਕੀਤੇ ਜਾਣਗੇ।
तो दरिया की जी खालन वाली आता दरिया च पानी आ थोड़ा जहाँ लैवल नीवा होगा तो फिर तो उन्होंने खालिया जाऊगा। बाकी सरकार कर ही रही है। हड़ आने के कारण की बनते हड़ चलो ये तो मानसून के हिसाब ना ही बरसात जिदा पिछों ज़्यादा होंगी आ तो उस हिसाब न फिर वो पानी जरा निकास करते अगे दरियावान तो ये जोड़े पिछले कोई पुराने काफ़ी समय तो जिदा बन नहीं रिपेयर किए गए जिदा कुछ हालात इन्हों के जिदा जानवर ने खुडा खड्डा क्ढ़िया उस चीज़ ना जो बन पिछे भी टुटे आ तो हूँ वो चीज़ सरकार के ध्यान च आ कि नुकसान ना हो लोगों का तो कर रहे इन इस चीज़ को रिपेयर। अज का जरा दौरा असं कर रहे हैं क्योंकि सानू पता है मानसून सीजन आने वाला है तो आप पिछले हफ्ते फ्लड कंट्रोल की मीटिंग रखी सी जिमें सुल्तानपुर पिछले साल काफ़ी मार पई सी बारिश की। इस बार आप पहले ही आके सारी चीज़ा एक बार देखना चाहते हैं कि कितने कितने ब्रीचिज का हजे भी खतरा है जोड़ा कम पिछली बार आया हो कि पुख्ता होया है उस बारे ही अज एम एल ए साहब तो असी एस डी एम साहब असी सारे अज राउंड निकले हुए हैं। समस्या लगे जिहड़ा स्ट्रेंथन अप करना है जी वो असी पिछे भी हजे जिहड़ा देख के आए हैं असी स्ट्रेंथन अप होर करांगे क्योंकि ड्रेनेज डिपार्टमेंट दे भी सारे नुमाइंदे नाल ही चल रहे हैं असी उन्हां नूं दस्या है इनश्योर तो यही करांगे क्योंकि सानू दोनों पासे ही ढाल लग सकती है ब्यास वाले पासे भी सतलुज वाले पासे भी कि मौके की नज़ाकत नूं देखते हुए साडी जिन्नी भी ब्रीचिज़ हैं उन्हूं असी प्रॉपर कर पाईए क्योंकि उस तो बाद जे ज़्यादा बारिश हुई सानू नहीं पता लगता कदे कदे कि ब्रीच कित्थे है इसलिए पहले एक बार मौके का नुमाइना किया जाए कि कित्थे कमी पेशी लग रही है उन्हूं स्ट्रेंथन अप कर लईए। ए जी एक तो मेन पहली प्रॉब्लम पिछली बार जी आई सी जो मैं पता लग्या कि एक तो बोरियां अपने को नहीं सी ठीक है वो बारे हूँ असी कुछ ना कुछ प्रबंध पहले ही कर रहे हैं टीम असी पहले ही बना चुके हाँ ड्रेनेज डिपार्टमेंट नूं दस्या होया है कि जिथे ब्रिजिज़ हैं उन्होंने स्ट्रेंथन अप करिए कुछ कम जिहड़ा है अपना बाऊपुर आइलैंड वाले पासे उत्थे टेंडर आपां कीता सीगा टेंडर खुल गया है कल तो उत्थे कम भी स्टार्ट हो जाएगा वो भी जगह एक बार असी दोबारा हुण देखण जा रहे हैं तो वो सारा कुछ असी नाल ही करांगे। तुहानू पता ही है जी इस टाइम तो ही शुरू होंदी है क्योंकि हुण टेंडर प्रोसैस हजे सारे खत्म होए हैं जे सी बी वाला टेंडर भी इन्हां दा लग्या होया ड्रेनेज डिपार्टमेंट दा मेरे ख्याल एक दो दिन च शायद खुलण वाला जी तो वो भी सारा फिर शुरू कर देंगे ना जी। मैडम जिदा जलंधर दे विच सारे नूं मुआवजा मिल चुका सुल्तानपुर लोधी दे विच कुछ लोग आ जिन्हां नूं मुआवजा नहीं मिलिया वो तुहाडे मंग पत्र भी दे के आए उस बारे की कहना सेंटर दा शेयर तां पै गया सीगा लेकिन जिहड़ा स्टेट दा शेयर सीगा क्योंकि सुल्तानपुर च 550 सालां दे कारण लिस्टां शायद थोड़ी लेट बनिया है उस कारण तो मार्च तो उपर सेंट्रलाइज्ड ही जिहड़ा पोर्टल सीगा वह बंद हो गया है हुण दोबारा उपर गल कर लिती गई है होपफुली पैसा सानू इसे हफ्ते आ जाएगा तो सारे नूं मिल जाएगा। ठीक है जी सर अज समस्या देख रहे हो तुसीं किसानां दीआं की समस्या देख रहे हो समस्या तो तकरीबन पता ही है सारा इस एरिए हर साल समस्या नाल नजिठी दा ये बरसातां जिहड़ियां मानसून ऐतकी पूरा पैण दी उम्मीद आ तो डी साहब अज आए एस डी एम साहब भी जिहड़ा पिछले साल नुकसान होया हड़ां नाल वो एरिया चैक कर लिए भी बन जे कितों कमजोर आ तो उत्थे मिट्टी पाई जाए जिहड़े स्टड लगन वाले वो लाए जाण भी किसी तरह की मुश्किल जिहड़ी बरसात जे ज़्यादा भी हो गई बर्फ ऐतकी बड़ी पई उपर उहदे लई पहलों जिहड़ा ध्यान ये किया आ ਤੁਹਾਡੇ ਵੱਲੋਂ ਪ੍ਰੋਪਰਲੀ ਚਿੱਠੀਆਂ ਕੱਢੀਆਂ ਗਈਆਂ ਜਿਸ ਤਰ੍ਹਾਂ ਪਿਛਲੇ ਸਾਲ ਨੁਕਸਾਨ ਹੋਇਆ ਉਹ ਨਾ ਨੁਕਸਾਨ ਹੋਵੇ ਬਿਲਕੁਲ ਜੀ ਤਾਂ ਹੀ ਤਾਂ ਸੀ ਐਮ ਸਾਹਿਬ ਆਪ ਸਗੋਂ ਵਰਡ ਸੀ ਉਦਨ ਵੀਡੀਓ ਕਾਨਫਰੰਸ ਨਾਲ ਗੱਲ ਹੋਈ ਉਹਨਾਂ 'ਚ ਮੇਰੀ ਸੀ ਐਮ ਸਾਹਿਬ ਆਪ ਪੁੱਛਿਆ ਵੀ 3 ਸਾਲ ਪਿਛਲੇ ਆਉਂਦਾ ਰਿਹਾ ਹੜ੍ਹ ਐਤਕੀ ਜਿਹੜਾ ਪ੍ਰੋਪਰ ਤਰੀਕੇ ਨਾਲ ਚੈੱਕ ਕਰਕੇ ਉਹ ਸਾਰਾ ਹੁਣ ਅੱਜ ਜਿਹੜਾ ਇੱਕ ਕੰਮ ਨੋਚ ਲਾਉਣ ਦਾ ਇੱਥੇ ਸ਼ੁਰੂ ਹੋਇਆ ਅੱਜ ਕਰ ਰਹੇ ਮੇਰਾ ਖਿਆਲ 80 ਲੱਖ ਦਾ ਪਤਾ ਨਹੀਂ ਕਿੰਨਾ ਜਿਹੜਾ ਉਹ ਪਾਣੀ ਜਿਹੜਾ ਦਰਿਆ ਢਾਲ ਆ ਰਿਹਾ ਸੀ ਉਹਨੂੰ ਹੁਣ ਉਹਦੇ ਨਾਲ ਕਰਕੇ ਰੋਕ ਕੇ ਦਰਿਆ ਪਰਲੀ ਸਾਈਡ 'ਤੇ ਜਿਹੜਾ ਆਪਣੀ ਜਗ੍ਹਾ 'ਤੇ ਜਾਊਗਾ। ਵੋਟ ਨਹੀਂ ਵੋਟਾਂ ਤਾਂ ਐਸ ਡੀ ਐਮ ਸਾਹਿਬ ਖੜ੍ਹੇ ਆ ਕਾਫ਼ੀ ਮੇਰਾ ਖਿਆਲ ਹਰ ਸਾਲ ਇਹਨਾਂ ਨੂੰ ਜਿਹੜਾ ਦਰਿਆ 'ਚ ਪਾਣੀ ਤਾਂ ਆਉਂਦਾ ਹੁੰਦਾ ਵੋਟ ਦੀ ਤਾਂ ਸਮੱਸਿਆ ਨਵੀਆਂ ਵੀ ਦਿੱਤੀਆਂ ਪਿੱਛੇ ਔਰ ਕੋਈ ਇਹੋ ਜਿਹੀ ਜਿਹੜੀ ਪਿਛਲੇ ਸਾਲ ਤਾਂ ਐਨ ਡੀ ਆਰ ਐਫ ਆਰਮੀ ਵਾਲੇ ਵੀ ਸਾਰੇ ਆ ਗਏ ਸੀਗੇ ਔਰ ਸਾਡੇ ਕੋਲ ਵੀ ਜਿਹੜੀਆਂ ਵੋਟਸ ਆ ਉਹ ਸਾਰੀਆਂ ਇਹਨਾਂ ਨੂੰ ਦਿੱਤੀਆਂ ਬਾਕੀ ਜਿਹੜੀ ਜਦੋਂ ਲੋੜ ਪਊਗੀ ਉਹ ਜਿਹੜੇ ਪੂਰੀ ਕੀਤੀ ਸਾਢੇ 500 ਸਾਲ 'ਤੇ ਕੰਪਲੀਟ ਹੋ ਜਾਣਾ ਇਹ ਦੇਰੀ ਹੋਣ ਦਾ ਕਾਰਨ ਸਾਢੇ 500 ਸਾਲ 'ਤੇ ਨਹੀਂ ਕੰਪਲੀਟ ਹੋਣਾ ਸੀ ਇਹਦਾ ਟਾਈਮ ਸੀਗਾ 3 ਮਹੀਨੇ ਪਹਿਲਾਂ ਖਤਮ ਹੋਇਆ ਉਹ ਪਰ ਉਹਦੇ ਵਿੱਚ ਐਤਕੀ ਬਰਸਾਤਾਂ ਇੰਨੀਆਂ ਪਈਆਂ ਪਾਣੀ ਇੰਨਾ ਤੁਸੀਂ ਜਾ ਕੇ ਦੇਖੋ ਉਹਨਾਂ ਨੂੰ 2 ਜਿਹੜੀਆਂ ਖੂਹੀਆਂ ਕਰਨ ਲਈ ਸਾਰਾ ਪੁਲ ਜਣਾ ਖਰਚਾ ਪੈ ਗਿਆ ਉਹ ਪਾਣੀ ਜਿਹੜਾ ਰੁਕ ਨਹੀਂ ਰਿਹਾ ਹੁਣ ਥੋੜ੍ਹੇ ਦਿਨਾਂ ਤੱਕ ਮੇਰੀ ਕੱਲ੍ਹ ਮਨਿਸਟਰ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਪਾਣੀ ਜਿਹੜਾ ਹੁਣ ਬਰਸਾਤਾਂ ਦਾ ਕਰਕੇ ਡੈਮ ਜਿਹੜੇ ਆ ਉਹ ਥੱਲੇ ਕੀਤੇ ਆ ਵੀ ਪਾਣੀ ਉੱਪਰੋਂ ਆਜੂਗਾ ਇੱਕਦਮ ਅਤੇ ਇੱਕਦਮ ਨਹੀਂ ਰਿਲੀਜ਼ ਕਰਨਗੇ ਗਾਂ ਉਹ ਡੈਮ ਜਿਹੜੇ ਖਾਲੀ ਕਰਕੇ ਉਹਨਾਂ 'ਚ ਕਰਕੇ ਫਿਰ ਜਿੰਨਾ ਵੀ ਮੌਕੇ ਦੇ ਹਿਸਾਬ ਨਾਲ ਰਿਲੀਜ਼ ਕਰਨਗੇ ਹੁਣ ਇਹ ਬੰਦ ਕਰਾ ਕੇ ਕੁਛ ਟਾਈਮ ਦੇ ਵਿੱਚ ਹੀ ਇਹ ਪੁਲ ਜਿਹੜਾ
चालू हो। गुरप्यारियों, सरकार का फर्ज बनता है कि जिथे भी पंजाब की वसों है उस हर इलाके का ध्यान रखा जाए, पर मंडबाऊपुर के लोगों की हमेशा ही शिकायत रही है कि सरकार ने उन्होंने हमेशा ही लोड़ीदा सहूलत तो वाझा रखा है, पर वेखना यह होगा कि हूँ इस दौरे तो बाद की इस टापू के वासियों कोई खास सुख सहूलत मिलदिया ने या आने वाले हड़ा तो राहत मिलती है या नहीं। तो ये सब इस मसले पर की सोचते हो अपने विचार नीचे कमेंट्स के जरूर देना। वीडियो चंगी लगी हो लाइक तो शेयर भी जरूर करना। गुरबाणी अखंड बाणी वास्ते कपूरथला तो बरजिंदर सिंह की रिपोर्ट। वाहेगुरु जी का खालसा, वाहेगुरु जी की फतेह। सिख धर्म की हर गतिविधि गुरबाणी वास्ते हुने सबसक्राइब करो गुरबाणी अखंड बाणी, नोटिफिकेशन वास्ते बैल नूं रिंग करो।